हाँ जी, की हाल है जी? ठीक ठाक हो जी? सारे बढ़िया हो? अज ना वीडियो कमाल होने वाला है। ठीक है जी, जिहड़ी इस बंदे ने होई है ना, वो मेरे नाल भी होई है। ये बंदा ना कमेडी बहुत करता है, एकदम एकदम तुसीं हसोंगे बहुत वीडियो वेख के। वीडियो आपां शुरू कर लईए फिर हुणे, ते बाकी गल्लां बातां विच आपां करदे रहांगे। ठीक है जी, आ जाओ आपां वीडियो वेखदे हां। ਸਤਿ ਸ਼੍ਰੀ ਅਕਾਲ ਜੀ, ਮੈਂ ਚਰਨਜੀਤ ਦੇਲਾ ਹੋ ਕੇ ਕੰਮਾਂ ਕਾਰਾਂ ਤੋਂ ਵਿਹਲਾ ਲੈ ਕੇ ਹਾਜ਼ਰ ਹਾਂ ਆਪਣੀ ਨਵੀਂ ਵੀਡੀਓ। ਮੈਂ अच्छा। ਸਭ ਤੋਂ ਬਾਬੇ ਬਾਰੇ ਵੀਡੀਓ ਕੀ ਪਾਤੀ। ਕੋਈ ਮੈਨੂੰ ਦੱਲਾ ਕਹਿ ਰਿਹਾ ਹੈ, ਹਾਏ ਕੋਈ ਕਹੇ ਬਾਬੇ ਦਾ ਬਹੁਤ ਵੱਡਾ ਭਗਤ ਹੈ, ਹਾਏ ਕੋਈ ਵੇ, ਕਹਿੰਦਾ ਬਾਬੇ ਨੇ ਇਹਨੂੰ ਕਰੋੜਾਂ ਰੁਪਏ ਭੇਜਤੇ। ਯਾਰ ਵਾਕਈ ਹਾਏ ਬਾਬੇ ਦੇ ਇੰਨੇ ਪੈਸੇ ਬਾਬੇ ਨੇ ਭੇਜੇ ਨੇ, ਇੰਨੇ ਕੋਈ ਰੱਖਣੋਂ ਥਾਂ ਨਹੀਂ। ਮੇਰੇ ਤਾਂ ਘਰੇ ਠੋਕਰਾਂ ਵੱਜਦੀਆਂ ਫਿਰਦੀਆਂ ਨੇ ਪੈਸੇ ਨੂੰ। ਅੱਛਾ। ਹਾਲੇ ਮੇਰੇ ਕੋਲੋਂ ਬਾਬੇ ਵਾਲੇ ਪੈਸੇ ਸਾਂਭੇ ਨਹੀਂ ਗਏ ਸੀ। ਆ ਵੱਡੇ ਬਾਦਲ ਸਾਹਿਬ ਬਾਰੇ ਵੀਡੀਓ ਪਾਈ ਸੀ, ਇਹਨੇ ਮੇਰੀ ਕੱਲ ਤਿੰਨ ਚਾਰ ਟਰੱਕ ਨੋਟਾਂ ਦੇ ਭੇਜ ਦਿੱਤੇ। ਓਏ ਹੋਏ ਹੋਏ ਉਹ ਹੋਏ, ਭਰਾਵੋ ਮੇਰੇ, ਉਹ ਦੱਸੋ ਮੈਂ ਹੁਣ ਕਿੱਥੇ ਇੰਨੇ ਪੈਸੇ ਸਾਂਭਾਂ। ਸਾਂਭਾ। ਸਹੀ ਗੱਲ ਹੈ, ਸਹੀ ਗੱਲ ਹੈ, ਸਹੀ ਸਾਰੇ ਗੱਲ। ਪੈਸੇ ਲੈ ਕੇ ਮੈਂ ਬੈਂਕ ਦੇ ਵਿੱਚ ਗਿਆ। ਬੈਂਕ ਮੈਨੇਜਰ ਨੇ ਲੰਮਾ ਪੈਸੇ ਮੈਨੂੰ ਨਮਸਕਾਰ ਕੀਤਾ। ਓਏ ਹੋਏ, ਉਹ ਕਹਿੰਦਾ ਤਾਂ ਕਰਨੀ ਭਰਾਵੋ ਸੀ, ਇੰਨੇ ਪੈਸੇ ਤਾਂ ਅਸੀਂ ਕਦੇ ਦੇਖੇ ਨਹੀਂ ਜ਼ਿੰਦਗੀ ਦੇਖੇ ਹੀ ਵਿੱਚ। ਨਹੀਂ ਸੀਗੇ। ਓਏ ਹੋਏ ਫਿਰ ਹੋਏ, ਉਹਨਾਂ ਦੇ ਪੈਸੇ ਗਿਣਦੇ ਥੁੱਕ ਮੁੱਕ ਗਏ। ਅੱਛਾ ਵਾਜੇ, ਜਦੋਂ ਗਿਣਦੇ ਗਿਣਦੇ ਉਹ ਥੁੱਕ ਮੁੱਕ ਗਿਆ, ਮੈਨੂੰ ਮੈਨੇਜਰ ਸਾਹਿਬ ਕਹਿੰਦਾ ਐਂ ਭਾਈ ਕਰਕੇ ਗਿਣਦੇ ਹੁੰਦੇ ਥੁੱਕ ਆ। ਦਾ ਪ੍ਰਬੰਧ ਕਰੋ। ਅੱਛਾ। ਤਾਂ ਮੈਂ ਵੱਡੇ ਬਾਦਲ ਸਾਹਿਬ ਨੂੰ ਫੋਨ ਲੈ ਕੇ ਮੈਂ ਕਿਹਾ ਬਾਦਲ ਸਾਹਿਬ ਜਿੱਥੇ ਇੰਨੇ ਪੈਸੇ ਭੇਜੇ ਨੇ, ਇੱਕ ਦੋ ਟਰੱਕ ਤੁਸੀਂ ਥੁੱਕ ਦਾ ਭੇਜ ਦਿੰਦੇ। ਤਾਂ ਨਾਲ ਹੀ ਕਿਤੇ ਸੁਖਵੀਰ ਬਾਦਲ ਸੁਣ ਰਿਹਾ ਸੀ, ਅੱਛਾ ਤੁਹਾਨੂੰ ਪਤਾ ਹੁਣ ਸੁਖਵੀਰ ਬਾਦਲ ਥੋੜਾ ਜਿਹਾ ਸਿਆਣਾ ਬੰਦਾ ਹੈ। ਅੱਛਾ। ਉਹਨੇ ਉਹਨੂੰ ਰਾਏ ਦਿੱਤੀ, ਕਹਿੰਦਾ ਇੱਦਾਂ ਕਰੋ ਕਿਸੇ ਚੌਕ ਦੇ ਵਿੱਚ ਖੜ ਕੇ ਅੱਛਾ ਅਡਾਨੀ ਦੀ ਫੋਟੋ ਲਾ ਦਿਓ, ਕੋਲੇ ਖਾਲੀ ਟਰੱਕ ਖੜਾ ਦਿਓ, ਅੱਛਾ ਲੋਕਾਂ ਨੇ ਥੁੱਕ ਥੁੱਕ ਕੇ ਟਰੱਕ ਭਰ ਦੇਣੇ। ਬਾਕੀ ਹੁਣ ਲੋਕ ਅਡਾਨੀ ਦੇ ਮਗਰ ਪੈ ਗਏ, ਅੱਛਾ ਬੜਾ ਖੁਸ਼ ਹੋ ਰਹੇ ਨੇ ਬਈ, ਕਹਿੰਦੇ ਅਡਾਨੀ ਦੀ ਜਿਹੜੀ ਇਨਕਮ ਹੈ ਦਿਨੋ ਦਿਨ ਘਟਦੀ ਜਾ ਰਹੀ ਹੈ, ਅੱਛਾ ਅਡਾਨੀ ਹੁਣ ਗਰੀਬ ਹੁੰਦਾ ਜਾ ਰਿਹਾ। ਉਹ ਭਰਾਵੋ ਅਡਾਨੀ ਨੂੰ ਕੋਈ ਫਰਕ ਨਹੀਂ ਪੈਂਦਾ, ਕੋਈ ਫਰਕ ਨਹੀਂ ਪੈਣਾ। ਸਹੀ ਗੱਲ ਹੈ, ਤੇ ਜਿਹੜੀ ਇਨਕਮ ਹੈ ਇਹ ਘਟਦੀ ਜਾ ਰਹੀ ਹੈ ਇੰਡੀਆ ਦੀ, ਫਰਕ ਪਊਗਾ ਇੰਡੀਆ ਨੂੰ, ਨੁਕਸਾਨ ਹੋਊਗਾ ਆਪਣੇ ਦੇਸ਼ ਦਾ ਨਾ ਕਿ ਅਡਾਨੀ ਦਾ। ਸਹੀ ਕਿਉਂਕਿ ਹੈ। ਅਡਾਨੀ ਨੇ ਤਾਂ ਪੈਸਾ ਚੱਕ ਕੇ ਬੈਂਕਾਂ ਦੇ ਵੱਲੋਂ, ਅਡਾਨੀ ਨੇ ਪੈਸਾ ਚੱਕ ਕੇ LIC ਦੇ ਵੱਲੋਂ ਸਾਰਾ ਪੈਸਾ ਆਪਣੇ ਕੰਪਨੀ ਦੇ ਇਨਵੈਸਟ ਕੀਤਾ ਹੋਇਆ ਹੈ, ਤੇ ਜੇਕਰ ਉਹ ਪੈਸਾ ਕਿਧਰੇ ਚਲਾ ਵੀ ਗਿਆ ਤਾਂ ਵੱਡੇ ਬੌਸ ਪ੍ਰਧਾਨ ਮੰਤਰੀ ਬੈਠੇ ਨੇ ਵੱਡਾ ਬਾਈ, ਉਹ ਆਪੇ ਸੰਭਾਲ ਲੂ, ਅਡਾਨੀ ਨੂੰ ਕੋਈ ਫਰਕ ਨਹੀਂ ਪੈਂਦਾ। ਫਰਕ ਪੈਂਦਾ ਸਾਨੂੰ ਪਊਗਾ। ਸਾਨੂੰ ਜਿਵੇਂ ਵੱਡੇ ਬਾਦਲ ਸਾਹਿਬ ਇੱਕ ਚੁਟਕਲਾ ਸੁਣਾਉਂਦੇ ਹੁੰਦੇ ਸੀ, ਕਹਿੰਦੇ ਕਿਸੇ ਲਾਲੇ ਦੇ ਹੋਊਗੀ ਪਿੰਡ 'ਚ ਚੋਰੀ, ਅੱਛਾ ਤੇ ਅਗਲੇ ਦਿਨ ਪਿੰਡ ਵਾਲੇ ਲੋਕ ਪਤਾ ਲੈਣ ਦੁਕਾਨ ਦੇ ਵਿੱਚ, ਜਿਹੜਾ ਵੀ ਜਾਂਦਾ ਜਾਂਦੀ ਸਾਰ ਕੋਈ ਛੋਲਿਆਂ ਦੀ ਮੁੱਠੀ ਭਰ ਲੈਂਦਾ, ਕੋਈ ਰਿਓੜੀਆਂ ਦੀ ਮੁੱਠੀ ਭਰ ਲੈਂਦਾ, ਨਾਲੇ ਖਾਈ ਜਾਂਦੇ, ਨਾਲੇ ਹਾਲ ਚਾਲ ਪੁੱਛਦੇ, ਹਾਂ ਲਾਲਾ ਫਿਰ ਕਿੰਨਾ ਕੁ ਨੁਕਸਾਨ ਹੋ ਗਿਆ, ਹਾਂਜੀ ਲਾਲਾ ਜੀ ਫਿਰ ਕਿੰਨਾ ਕੁ ਨੁਕਸਾਨ ਹੋ ਗਿਆ। ਉਹ ਕਹਿੰਦੇ ਇੱਕ ਪਿੰਡ ਦਾ ਸਰਪੰਚ ਵੀ ਚਲਾ ਗਿਆ ਪਤਾ ਕਰਨ, ਕਹਿੰਦਾ ਹਾਂਜੀ ਲਾਲਾ ਜੀ ਕਿੰਨਾ ਕੁ ਨੁਕਸਾਨ ਹੋ ਗਿਆ, ਕਹਿੰਦੇ ਮੁੱਠੀ ਛੋਲਿਆਂ ਦੀ ਭਰ ਲਈ। ਲਾਲਾ ਕਹਿੰਦਾ ਕੀ ਦੱਸਾਂ ਸਰਪੰਚ ਆ, ਨੁਕਸਾਨ ਤਾਂ ਹਲੇ ਚੱਲੀ ਜਾਂਦਾ। ਤੋ ਵੀਰ ਮੇਰੇ, ਉਹ ਅਡਾਨੀ ਨੂੰ ਕੋਈ ਫਰਕ ਨਹੀਂ ਪੈਂਦਾ, ਇੰਡੀਆ ਦਾ ਨੁਕਸਾਨ ਹਲੇ ਚੱਲੀ ਚੱਲੀ ਜਾਂਦਾ। ਇਸ ਗੱਲ ਤੋਂ ਮੈਂ ਹੋਰ ਦੱਸ ਦਿਓ, ਦੱਸੋ ਇਹਦੇ ਬਾਰੇ ਤੁਸੀਂ ਕੋਈ ਵੀਡੀਓ ਪਾਉਂਦੇ ਹੋ, ਕੋਈ ਜੇਕਰ ਇਦਾਂ ਲੋਕ ਪੈਸੇ ਭੇਜਣ ਲੱਗ ਜਾਣ ਨਾ, ਹਾਏ ਵੇ, ਉਹ ਫਿਰ ਗੱਲਾਂ ਹੀ ਕੀ ਨੇ ਭਰਾਓ ਮੇਰੇ। ਮੈਂ ਸਰਸੇ ਵਾਲੇ ਬਾਬਾ ਜੀ ਨੂੰ ਬੇਨਤੀ ਕਰਦਾ ਕਿ ਮੈਂ ਬਾਬਾ ਵੀ ਜੀ, ਹੁਣ ਲੋਕ ਕਹਿ ਤਾਂ ਰਹੇ ਨੇ ਕਿ ਮੈਂ ਤੁਹਾਡਾ ਭਗਤ ਹਾਂ, ਤੁਸੀਂ ਮੈਨੂੰ ਨੋਟਾਂ ਦੇ ਟਰੱਕ ਭੇਜੇ ਨੇ, ਸ਼ੁਰੂ ਕਰ ਦਿਓ ਵੱਡਾ ਵੀਰ ਬਣ ਕੇ, ਉਹ ਵੱਡਾ ਭਰਾ ਬਣ ਕੇ ਹਾਏ ਵੇ, ਉਹ ਭੇਜ ਹੀ ਦੇ ਯਾਰ ਇੱਕ ਟਰੱਕ, ਹਾਏ ਵੇ, ਇਸ ਗਰੀਬ ਦਾ ਭਲਾ ਹੋ ਜੂ। ਹਾਂ ਸਹੀ ਗੱਲ ਹੈ। ਹਾਂਜੀ, ਦੇਖਿਆ ਜੀ ਵੀਡੀਓ? ਮੈਂ ਤਾਂ ਆਪ ਕਹਿੰਦਾ, ਮੈਨੂੰ ਵੀ ਕਮੈਂਟ ਆਏ ਸੀਗੇ, ਮੈਂ ਦੋ ਤਿੰਨ ਵੀਡੀਓ ਸੀਗੇ ਆਪਣੇ, ਮੈਂ ਫਿਰ ਉਹ ਬੰਦ ਹੀ ਕਰ ਦਿੱਤੇ ਹੈ ਨਾ, ਲੋਕ ਹੀ ਕਰਤੇ ਮੈਂ, ਵੀ ਕਾਹਦੇ ਵਾਸਤੇ ਹੈ ਨਾ ਇੱਦਾਂ ਹੋ ਜਾਂਦਾ। ਇੱਕ ਮਿੰਟ ਬੰਦ ਕਰੋ ਜੀ। ਅਤੇ ਸੋ ਇੱਦਾਂ ਗੱਲਾਂ ਬਾਤਾਂ ਆ ਵੀ, ਸੋ ਭਰਾ ਦੀ ਗੱਲ ਸਹੀ ਆ ਵੀ ਜੇ ਇੱਦਾਂ ਵੀਡੀਓ ਦੋ ਵੀਡੀਓ ਪਾਉਣ ਦੇ ਨਾਲ ਹੈ ਨਾ ਕੋਈ ਆਪਾਂ ਨੂੰ ਕਹਿ ਦੇਵੇ ਨਾ ਵੀ ਅਸੀਂ ਟਰੱਕ ਭੇਜਦੇ ਹਾਂ ਨੋਟਾਂ ਦਾ, ਤਾਂ ਫਿਰ ਤਾਂ ਯਾਰ ਕੰਮ ਕਰਨ ਦੀ ਲੋੜ ਹੀ ਨਹੀਂ ਹੈਗੀ ਹੈ ਨਾ। ਵੀ ਇਹ ਦੇਖ ਲਓ ਤੁਸੀਂ ਹੈ ਨਾ ਵੀ ਸਵੇਰ ਦਾ ਗਿਆ ਸੀਗਾ, ਮਿੱਟੀਓ ਮਿੱਟੀ ਹੋਏ ਸੀ, ਨਹਾ ਨਹੂ ਕੇ ਹੁਣ ਬੈਠੇ ਹਾਂ, ਸਿੱਧੀ ਜਿਹੀ ਗੱਲ ਆ ਹੈ ਨਾ। ਵੀ ਉਹ ਝਿਰੀ ਮਾਰਦੇ ਹੁੰਦੇ ਨਾ, ਉਹ ਪੈਪ ਫਿਟਿੰਗ ਕਰਦੇ ਹੁੰਦੇ ਬਿਜਲੀ ਵਾਲੀ ਜਿਹੜੀ, ਉਹ ਕਰਕੇ ਆਇਆ। ਫਿਰ ਮਿੱਟੀਓ ਮਿੱਟੀ ਹੋਣ ਦਾ ਮਤਲਬ ਕੀ ਤੋਕਾ? ਇਹ ਤਾਂ ਹੁੰਦਾ ਵੀ ਚਲੋ ਕਿਸੇ ਨਾਲ ਵਿਚਾਰ ਸਾਂਝੇ ਕਰ ਲਈਏ ਆਪਦੇ, ਅਤੇ ਕੋਈ ਗੱਲਬਾਤ ਕਰੀਏ ਹੈ ਨਾ। ਵੀ ਹੁਣ ਤਾਂ ਮੌਕਾ ਹੈ ਨਾ ਸਾਡੇ ਕੋਲ, ਸੋਸ਼ਲ ਮੀਡੀਆ ਹੈਗਾ, ਪਰ ਜੇ ਉੱਥੇ ਵੀ ਸਾਨੂੰ ਗਾਲਾਂ ਹੀ ਮਿਲਣੀਆਂ ਆ ਹੈ ਨਾ। ਵੀ ਜੇ ਕਿਸੇ ਨੂੰ ਕੋਈ ਸ਼ਬਦ ਪੁੱਛ ਲਿਆ ਵੀ ਇਹਦਾ ਮਤਲਬ ਕੀ ਆ, ਦੱਸ ਦਿਓ ਯਾਰ, ਤਾਂ ਫਿਰ ਜੇ ਉੱਥੇ ਸਾਡੇ ਛਿੱਤਰ ਹੀ ਪੈਣੇ ਆ, ਤਾਂ ਫਿਰ ਭਾਈ ਫਿਰ ਹੱਥ ਹੀ ਜੋੜ ਦਿੰਦਾ ਮੇਰਾ ਵਰਗਾ, ਭਾਈ ਸੋਰੀ, ਹੋਰ ਫਿਰ ਕੀ ਕਰਨਾ ਹੈ ਨਾ, ਇੱਦਾਂ ਹੀ ਹੁੰਦਾ ਹੈ ਨਾ, ਹੋਰ ਫਿਰ ਕੀ ਕਰਨਾ ਹੁੰਦਾ ਆ। ਅਤੇ ਬਾਕੀ ਜੇ ਕੋਈ ਕਹੇ ਵੀ ਟਰੱਕਾਂ ਟਰੱਕ ਭਰ ਭਰ ਕੇ ਇਹ ਯੂਟਿਊਬ ਵਾਲੇ ਜਾਂ ਫੇਸਬੁੱਕ ਵਾਲੇ ਦੇਈ ਜਾਂਦੇ, ਤਾਂ ਇਹ ਵੀ ਨਹੀਂ ਕਿ ਦਿੰਦੇ ਭਾਈ, ਇਹਨਾਂ ਨੂੰ ਵੀ ਮਿਲੀਅਨ ਦੇ ਹਿਸਾਬ ਨਾਲ
ਸਬਸਕ੍ਰਾਈਬਰ ਚਾਹੀਦੇ ਆ, ਵੀਡੀਓ ਚੱਲਣੇ ਚਾਹੀਦੇ ਆ, ਵਿਊ ਆਉਣੇ ਚਾਹੀਦੇ ਆ, ਫਿਰ ਹੀ ਕੋਈ ਇੱਕ ਦੋ ਡੋਲਰ ਆਉਂਦੇ ਆ। ਕੋਈ ਐਂ ਥੋੜ੍ਹੀ ਆ ਵੀ ਰੋਜ਼ਾਨਾ ਕਿਤੇ ਟਰੱਕ ਭਰ ਭਰ ਕੇ ਆਈ ਜਾਂਦੇ ਆ, ਇੱਦਾਂ ਨਹੀਂ ਹੁੰਦਾ ਗਾ। ਤੁਸੀਂ ਫੇਸਬੁੱਕ ਦੇ ਜਿਹੜੇ ਭਰਾ ਨੇ ਕਿਸੇ ਨੇ ਤਾਂ ਅਕਾਊਂਟ ਨਹੀਂ ਬਣਾਇਆ, ਤਾਂ ਬਣਾ ਕੇ ਤਾਂ ਵੇਖੋ ਨਾ, ਇਹ ਗੱਲਾਂ ਕਰਨੀਆਂ ਬਹੁਤ ਸੌਖੀਆਂ ਹੁੰਦੀਆਂ ਆ, ਇਹ ਜਿੱਤੇ ਵੀ ਕੰਮ ਕਰਨਾ ਬਹੁਤ ਔਖਾ ਹੁੰਦਾ ਆ। ਰਾਤਾਂ ਨਗਾਉਣੀਆਂ ਪੈਂਦੀਆਂ ਆ, ਰਾਤਾਂ ਵੇਖਣੀਆਂ ਪੈਂਦੀਆਂ ਆ, ਵੀਡੀਓ ਬਣਾਉਣੇ ਪੈਂਦੇ, ਐਡੀਟਿੰਗ ਕਰਨੀ ਪੈਂਦੀ ਆ। ਜਿਹੜੇ ਅਸੀਂ ਚੈਨਲ ਦੇਖਦੇ ਹਾਂ ਵੱਡੇ ਵੱਡੇ, ਤੁਸੀਂ ਦੇਖਿਆ ਸਕਿੰਟੋ ਸਕਿੰਟੀ, ਮਤਲਬ ਕਿ ਉਹੋ 'ਚ ਕੋਈ ਵੀਡੀਓ ਆਉਂਦਾ ਆ ਤਾਂ ਸਕਿੰਟੋ ਸਕਿੰਟੀ ਉਹਦੀ ਐਡੀਟਿੰਗ ਕਰਕੇ ਭੇਜਦੇ, ਉਹਨਾਂ ਨੇ ਬੰਦੇ ਰੱਖੇ ਹੁੰਦੇ, ਉਹਨਾਂ ਨੂੰ ਤਨਖਾਹਾਂ ਦਿੰਦੇ ਆ ਉਹ। ਐਵੇਂ ਥੋੜ੍ਹੀ ਨਾ ਹੁੰਦਾ ਕਿ ਹਾਂਜੀ ਚੱਕੀ ਵੀਡੀਓ 'ਤੇ ਚੜ੍ਹਾ ਦਿੱਤੀ ਅਤੇ ਨੋਟਾਂ ਦੇ ਥੱਬੇ ਆਉਣ ਵਾਲਾ ਪੈਂਦੇ, ਇੱਦਾਂ ਨਹੀਂ ਹੁੰਦਾ ਗਾ। ਸੋ ਮੈਂ ਤਾਂ ਆਪ ਚਾਹੁੰਦਾ ਹਾਂ, ਅਤੇ ਨਾਲ ਰਾਮ ਰਹੀ ਹੁੰਦੀ ਬਾਬਾ ਹੱਥ ਵੀ ਕਰਕੇ ਬੈਠਾ ਆ, ਵੀਡੀਓ ਪਤਾ ਨਹੀਂ ਕਿਹੜੀ ਚੱਲ ਪਈ ਆ ਨਾਲ ਹੋਰ। ਅਤੇ ਮੈਂ ਤਾਂ ਕਹਿੰਦਾ ਵੀ ਕਿਤੇ ਬਾਬਾ ਭੇਜ ਦੇਵੇ ਟਰੱਕ, ਮੈਨੂੰ ਕੀ ਲੋੜ ਆ ਝਰੀਆਂ ਮਾਰਨ ਦੀ ਅਤੇ ਯੂਟਿਊਬ 'ਤੇ ਹੈ ਨਾ ਉਹ ਕਰਨ ਦੀ। ਅਤੇ ਬਸ ਠੀਕ ਆ, ਸਵੇਰੇ ਉੱਠ ਕੇ ਵੀਡੀਓ ਪਾ ਦਿਆਂ ਕਰਾਂਗੇ, ਧੰਨ ਧੰਨ ਸਤਿਗੁਰੂ ਤੇਰਾ ਆਸਰਾ, ਬਸ ਆਪਣੀ ਵੀਡੀਓ ਤਾਂ ਫਿਰ ਵੀ ਚੱਲ ਜਾਣੀ ਆ। ਅਤੇ ਜੇ ਇੰਨੀ ਕੁ ਗੱਲ ਹੀ ਆ ਤਾਂ ਫਿਰ ਤਾਂ ਉਹੀ ਗੱਲਾਂ ਬਾਤਾਂ ਆ। ਅਤੇ ਬਾਕੀ ਵੀਡੀਓ ਤੁਹਾਨੂੰ ਕਿਵੇਂ ਲੱਗਾ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ, ਵੀ ਇਹ ਜਿਹੜਾ ਬਾਈ ਨੇ ਵੀਡੀਓ ਕੀਤਾ ਆ ਕਿਵੇਂ ਲੱਗਾ ਤੁਹਾਨੂੰ ਉਹ ਵੀਡੀਓ। ਠੀਕ ਹੈ ਜੀ, ਇਹ ਮੇਰੇ ਨਾਲ ਵੀ ਹੋ ਚੁੱਕੀ ਆ ਅਤੇ ਮੈਂ ਤੁਹਾਨੂੰ ਦੱਸਤੀ ਹੈ ਸਟੋਰੀ ਆਪਣੀ ਵੀ। ਸੋ ਇੱਦਾਂ ਗੱਲਾਂ ਬਾਤਾਂ ਆ। ਬਾਕੀ ਜਿਉਂਦੇ ਰਹੋ, ਹੱਸਦੇ ਰਹੋ, ਵੱਸਦੇ ਰਹੋ, ਮੌਜਾਂ ਮਾਣੋ, ਖੁਸ਼ ਰਹੋ।